ਆਪਣੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਜਿਹੜੀ ਹੈਗੀ ਆ 30 ਤਰੀਕ ਨੂੰ ਜੋ ਇਲੈਕਸ਼ਨ ਹੋਣ ਜਾ ਰਹੀਆਂ ਹੈਗੀਆਂ ਉਹਦੀ ਅੱਜ ਨੋਮੀਨੇਸ਼ਨ ਸਟਾਰਟ ਹੋ ਜਾਣੀ ਹੈਗੀ ਆ। ਤਾਂ ਇਹਦੇ ਵਿੱਚ ਟੋਟਲ ਅਸੀਂ ਕਲਸਟਰ ਜਿਹੜੇ ਹੈਗੇ 93 ਬਣਾਏ ਨੇ, 93 ਕਲਸਟਰਸ ਬਣਾਏ ਗਏ ਹੈਗੇ ਨੇ, ਠੀਕ ਹੈ। ਅਤੇ ਉਹਦੇ ਵਿੱਚ 93 ਜਿਹੜੇ ਰਿਟਰਨਿੰਗ ਅਫਸਰ ਹੋਣਗੇ, ਠੀਕ ਹੈ। ਉਹਦੇ ਵਿੱਚ ਇੱਕ ਕਲਸਟਰ ਦੇ ਵਿੱਚ 10 ਤੋਂ 12 ਪਿੰਡ ਹੈਗੇ ਨੇ, 10 ਤੋਂ 12 ਪਿੰਡ ਹੈਗੇ ਨੇ। ਤੋ ਜਿਸ ਤਰ੍ਹਾਂ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਜਿਹੜਾ ਹੈਗਾ 30 ਤਰੀਕ ਨੂੰ ਜਦੋਂ ਇਲੈਕਸ਼ਨਸ ਹੋਣੇ ਹੈਗੇ ਆ, ਉਸ ਤੋਂ ਪਹਿਲਾਂ ਜਿੰਨੇ ਵੀ ਲੋੜੀਂਦੇ ਪ੍ਰਬੰਧ ਹੈਗੇ ਸਾਰੇ ਕਰ ਦਿੱਤੇ ਗਏ ਨੇ। ਤੋ ਰਿਟਰਨਿੰਗ ਅਫਸਰ ਦਾ ਡਿਸਪੈਚ ਹੋ ਗਏ ਨੇ, ਉਹ ਜਾ ਕੇ ਨੋਟਿਸ ਵਗੈਰਾ ਇਸ਼ੂ ਕਰ ਦੇਣਗੇ। ਅੱਜ 11 ਵਜੇ ਨੋਟਿਸ ਇਸ਼ੂ ਕਰਨਾ। ਉਸ ਤੋਂ ਬਾਅਦ ਕੋਈ ਵੀ ਜਿਹੜਾ ਇੰਟਰਸਟਿਡ ਪੰਚ ਸਰਪੰਚ ਹੋਵੇ, ਉਹ ਆ ਕੇ ਆਪਣਾ ਜਿਹੜੀ ਨੋਮੀਨੇਟਡ ਜਗ੍ਹਾ ਹੈਗੀ ਉਹਨਾਂ 'ਤੇ ਜਾ ਕੇ ਨੋਮੀਨੇਸ਼ਨ ਫਾਈਲ। ਕਿਹੜੇ ਪਿੰਡ ਤੁਸੀਂ ਲੜ? ਕੋਠੇ ਬਗੈਰ ਪੱਤੀ। ਉੱਥੇ ਕੀ ਤੁਹਾਡੇ ਮੁਕਾਬਲੇ ਕਿੰਨੇ ਜਣੇ ਨੇ? ਸਾਡੇ ਮੁਕਾਬਲੇ ਕੋਈ ਨਹੀਂ, ਸਰਬ ਸੰਮਤੀ ਹੋ ਗਈ ਸਾਡੀ, ਸਾਰੇ ਨਗਰ ਦੀ ਬਹਿ ਕੇ ਸਮਝੌਤਾ ਹੋਇਆ ਜੀ। ਸਾਰੇ ਪਿੰਡ? ਸਾਰੇ ਨਗਰ? ਹਾਂ, ਸਾਰੇ ਪਿੰਡ। ਪਹਿਲਾਂ ਕਿਹੜਾ ਸਰਪੰਚ ਰਿਹਾ? ਪਹਿਲਾਂ ਨਾ, ਪਹਿਲਾਂ ਕੋਈ ਨਹੀਂ ਜੀ, ਨਵਾਂ ਪਿੰਡ ਬਣਿਆ ਜੀ, ਪਹਿਲੀ ਚੋਣ ਆਈ। ਪਹਿਲਾਂ ਜਵੰਦਾ ਪਿੰਡ ਨਾਲ ਅਟੈਚ ਸੀ ਪਰੰਪਰਾ ਜੀ, ਮੈਂ ਸਰਪੰਚੀ ਦੇ। ਜੇ ਕੋਈ ਪਾਰਟੀ ਸਾਥ ਹੁੰਦੀ ਆ ਵੀ ਤਾਂ ਮੈਂ ਚੋਣ ਲੜੂੰਗੀ, ਵੀ ਜੇ ਮੈਨੂੰ ਪਿੰਡ ਦੇ ਵੀ ਸਾਥ ਦੇ ਕੇ ਵੋਟਾਂ ਪਾਉਣਗੇ ਵੀ ਤਾਂ ਮੈਂ ਪਿੰਡ ਦਾ ਕੰਮ ਕਰੂੰਗੀ ਚੰਗੀ ਤਰ੍ਹਾਂ। ਵਧੀਆ। ਕੀ ਕੰਮ ਕਰੋਗੇ ਪਿੰਡਾਂ 'ਚ? ਜਿਵੇਂ ਗਲੀਆਂ ਨਾਲੀਆਂ ਜੀ, ਗਰੀਬ ਜਨਤਾ ਦਾ ਕੰਮ ਕੱਢਣਾ ਉਹ ਕੱਢਾਂਗੇ।